ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਆਪ ਇਹ ਜੋ ਫੇਸਬੁੱਕ ਦੇ ਉੱਤੇ ਮੇਰੀ ਜੋ ਇਹ ਸਰਕਾਰ ਨੇ ਮੇਰੇ ਨਾਲ ਕੀਤਾ ਹੈ ਵੀ ਇਹਨਾਂ ਨੇ ਮੇਰਾ ਮੈਂਬਰੀ ਦੇ ਵਿੱਚ ਨਾ ਪਾਇਆ, ਮੈਨੂੰ ਇਸ ਦਾ ਕੋਈ ਪਤਾ ਨਹੀਂ। ਮੈਂ ਇਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਹੈ, ਝੂਠੀ ਸਰਕਾਰ ਦਾ ਮੈਂਬਰ ਨਹੀਂ ਬਣ ਸਕਦਾ ਅਤੇ ਨਾ ਮੈਂ ਮੈਂਬਰ ਬਣਨਾ ਹੈ। ਇਹ ਸਰਕਾਰੀ ਕਮੇਟੀ ਹੈ, ਸਰਕਾਰੀ ਕਮੇਟੀ ਦਾ ਮੈਂ ਮੈਂਬਰ ਨਹੀਂ ਬਣ ਸਕਦਾ। ਮੈਂ ਤਾਂ ਸੱਚੀ ਸਰਕਾਰ ਦਾ ਮੈਂਬਰ ਬਣਿਆ ਵਾਂ, ਮੈਨੂੰ ਗੁਰੂ ਪਾਤਸ਼ਾਹ ਨੇ, ਸੰਗਤ ਨੇ ਸੱਚੀ ਸਰਕਾਰ ਦਾ ਮੈਂਬਰ ਬਣਾਇਆ ਹੋਇਆ ਹੈ ਅਤੇ ਮੈਂ ਤਾਂ ਉਹ ਮੈਂਬਰ ਬਣਿਆ ਹਾਂ। ਮੈਨੂੰ ਇਸ ਦਾ ਕੋਈ ਪਤਾ ਨਹੀਂ, ਨਾ ਮੈਂ ਇਹਨਾਂ ਦੇ ਨਾਲ ਹਾਂ। ਇਹ ਤੁਸੀਂ ਜਾਣਦੇ ਹੋ, ਸਾਡਾ 700 ਕਿਸਾਨ ਪਿੱਛੇ ਇਹਦੇ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਹੋਇਆ, ਉਦੋਂ ਸਰਕਾਰ ਕਿੱਥੇ ਸੀ? ਹੁਣ ਸਰਕਾਰ ਨੂੰ ਸਾਰਾ ਕੁਝ ਦਿਸ ਗਿਆ, ਮੈਂਬਰ ਬਣਾਓ ਜੀ, ਫਲਾਣਾ ਕਰੋ ਜੀ। ਇਹ ਨਹੀਂ, ਅਸੀਂ ਕੋਈ ਮੈਂਬਰ ਨਹੀਂ, ਨਾ ਅਸੀਂ ਮੈਂਬਰ ਹੈ ਵਾਂ, ਨਾ ਅਸੀਂ ਬਣਨਾ ਚਾਹੁੰਦੇ ਹਾਂ, ਨਾ ਸਾਡੀ ਕੋਈ ਨਵੀਆਵਾਦ ਗੁਰਦੁਆਰਾ ਦਸ਼ਮੇਸ਼ ਪ੍ਰਕਾਸ਼ ਤੋਂ ਮੈਂ ਸਿੱਧਾ ਫੇਸਬੁੱਕ 'ਤੇ ਲਾਈਵ ਹੋਇਆ ਵਾਂ ਅਤੇ ਮੈਂ ਸਿੱਧੀ ਗੱਲ ਕਹਿ ਰਿਹਾ ਵਾਂ ਵੀ ਮੈਂ ਕੋਈ ਮੈਂਬਰ ਨਹੀਂ, ਨਾ ਮੈਂ ਮੈਂਬਰ ਹੈ ਵਾਂ, ਨਾ ਮੈਂ ਮੈਂਬਰ ਬਣਨਾ ਹੈ। ਦੂਜੀ ਬੇਨਤੀ ਮੇਰੀ ਇਹ ਹੈ ਕਿ ਅਸੀਂ ਜੋ ਆ ਸਿੱਖ ਸੰਮੇਲਨ ਹੋ ਰਿਹਾ 8 ਦਸੰਬਰ ਨੂੰ, ਅਸੀਂ ਸਿੱਖਾਂ ਪ੍ਰਤੀ ਵੀ ਬੇਨਤੀ ਕਰਾਂਗੇ ਵੀ ਸਾਰੇ ਸਿੱਖ ਇਸ ਸੰਮੇਲਨ ਦੇ ਵਿੱਚ ਸਹਿਯੋਗ ਦਿਓ ਅਤੇ ਇੱਕ ਝੰਡੇ ਥੱਲੇ ਆਓ, ਸਾਰੇ ਆ ਕੇ ਇੱਕ ਝੰਡੇ ਥੱਲੇ, ਸਰਕਾਰ ਨੂੰ ਪਤਾ ਲੱਗ ਜਾਵੇ ਵੀ ਸਿੱਖ ਹੈਨ ਕਿ ਨਹੀਂ ਹੈਨ। ਇਹਨਾਂ ਸਾਨੂੰ ਕਈ ਥਾਵਾਂ 'ਤੇ ਵੰਡਿਆ ਹੈ, ਅੱਡ ਅੱਡ ਕਰਕੇ ਇਹਨਾਂ ਨੇ 2 ਫਾੜ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਮੈਂ ਕੋਈ ਮੈਂਬਰ ਨਹੀਂ, ਇਹ ਫੇਸਬੁੱਕ 'ਤੇ ਮੇਰੇ ਇਹਨਾਂ ਨੇ ਪਾਤਾ ਅਤੇ ਨਾ ਮੇਰਾ ਕੋਈ ਨਾਂ ਨਹੀਂ, ਨਾ ਮੈਂ ਇਹਨਾਂ ਨੂੰ ਹਾਂ ਭਰੀਏ, ਨਾ ਮੈਂ ਇਹਨਾਂ ਦਾ ਕੋਈ ਮੈਂਬਰ ਹਾਂ। ਮੈਨੂੰ ਝੂਠੀ ਸਰਕਾਰ ਨਹੀਂ ਚਾਹੀਦੀ, ਮੈਨੂੰ ਸੱਚੀ ਸਰਕਾਰ ਚਾਹੀਦੀ ਹੈ। ਮੈਂ ਕਿਸਾਨਾਂ ਦੇ ਨਾਲ ਹਾਂ, ਹਰ ਤਰ੍ਹਾਂ ਤੋਂ ਕਿਸਾਨਾਂ ਦੇ ਯੋਗਦਾਨ ਦੇ ਵਿੱਚ ਹਾਂ, ਮੈਂ ਉਹਨਾਂ ਦੇ ਨਾਲ ਖੜ੍ਹਾ ਹਾਂ ਅਤੇ ਮੈਂ ਹਰਿਆਣਾ ਕਮੇਟੀ ਦਾ ਕੋਈ ਮੈਂਬਰ ਨਹੀਂ ਹੈਗਾ ਅਤੇ ਨਾ ਮੈਂ ਮੈਂਬਰ ਬਣਾ ਅਤੇ ਸਿੱਖ ਸੰਮੇਲਨ ਦੇ ਨਾਲ ਮੈਂ ਖੜ੍ਹਾ ਹਾਂ, ਬਿਲਕੁਲ ਇੱਕਜੁੱਟ ਹੋ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਆਪ ਇਹ ਜੋ ਫੇਸਬੁੱਕ ਦੇ ਉੱਤੇ ਮੇਰੀ ਜੋ ਇਹ ਸਰਕਾਰ ਨੇ ਮੇਰੇ ਨਾਲ ਕੀਤਾ ਹੈ ਵੀ ਇਹਨਾਂ ਨੇ ਮੇਰਾ ਮੈਂਬਰੀ ਦੇ ਵਿੱਚ ਨਾ ਪਾਇਆ, ਮੈਨੂੰ ਇਸ ਦਾ ਕੋਈ ਪਤਾ ਨਹੀਂ। ਮੈਂ ਇਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਹੈ, ਝੂਠੀ ਸਰਕਾਰ ਦਾ ਮੈਂਬਰ ਨਹੀਂ ਬਣ ਸਕਦਾ ਅਤੇ ਨਾ ਮੈਂ ਮੈਂਬਰ ਬਣਨਾ ਹੈ। ਇਹ ਸਰਕਾਰੀ ਕਮੇਟੀ ਹੈ, ਸਰਕਾਰੀ ਕਮੇਟੀ ਦਾ ਮੈਂ ਮੈਂਬਰ ਨਹੀਂ ਬਣ ਸਕਦਾ। ਮੈਂ ਤਾਂ ਸੱਚੀ ਸਰਕਾਰ ਦਾ ਮੈਂਬਰ ਬਣਿਆ ਵਾਂ, ਮੈਨੂੰ ਗੁਰੂ ਪਾਤਸ਼ਾਹ ਨੇ, ਸੰਗਤ ਨੇ ਸੱਚੀ ਸਰਕਾਰ ਦਾ ਮੈਂਬਰ ਬਣਾਇਆ ਹੋਇਆ ਹੈ ਅਤੇ ਮੈਂ ਤਾਂ ਉਹ ਮੈਂਬਰ ਬਣਿਆ ਹਾਂ। ਮੈਨੂੰ ਇਸ ਦਾ ਕੋਈ ਪਤਾ ਨਹੀਂ, ਨਾ ਮੈਂ ਇਹਨਾਂ ਦੇ ਨਾਲ ਹਾਂ। ਇਹ ਤੁਸੀਂ ਜਾਣਦੇ ਹੋ, ਸਾਡਾ 700 ਕਿਸਾਨ ਪਿੱਛੇ ਇਹਦੇ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਹੋਇਆ, ਉਦੋਂ ਸਰਕਾਰ ਕਿੱਥੇ ਸੀ? ਹੁਣ ਸਰਕਾਰ ਨੂੰ ਸਾਰਾ ਕੁਝ ਦਿਸ ਗਿਆ, ਮੈਂਬਰ ਬਣਾਓ ਜੀ, ਫਲਾਣਾ ਕਰੋ ਜੀ। ਇਹ ਨਹੀਂ, ਅਸੀਂ ਕੋਈ ਮੈਂਬਰ ਨਹੀਂ, ਨਾ ਅਸੀਂ ਮੈਂਬਰ ਹੈ ਵਾਂ, ਨਾ ਅਸੀਂ ਬਣਨਾ ਚਾਹੁੰਦੇ ਹਾਂ, ਨਾ ਸਾਡੀ ਕੋਈ ਨਵੀਆਵਾਦ ਗੁਰਦੁਆਰਾ ਦਸ਼ਮੇਸ਼ ਪ੍ਰਕਾਸ਼ ਤੋਂ ਮੈਂ ਸਿੱਧਾ ਫੇਸਬੁੱਕ 'ਤੇ ਲਾਈਵ ਹੋਇਆ ਵਾਂ ਅਤੇ ਮੈਂ ਸਿੱਧੀ ਗੱਲ ਕਹਿ ਰਿਹਾ ਵਾਂ ਵੀ ਮੈਂ ਕੋਈ ਮੈਂਬਰ ਨਹੀਂ, ਨਾ ਮੈਂ ਮੈਂਬਰ ਹੈ ਵਾਂ, ਨਾ ਮੈਂ ਮੈਂਬਰ ਬਣਨਾ ਹੈ। ਦੂਜੀ ਬੇਨਤੀ ਮੇਰੀ ਇਹ ਹੈ ਕਿ ਅਸੀਂ ਜੋ ਆ ਸਿੱਖ ਸੰਮੇਲਨ ਹੋ ਰਿਹਾ 8 ਦਸੰਬਰ ਨੂੰ, ਅਸੀਂ ਸਿੱਖਾਂ ਪ੍ਰਤੀ ਵੀ ਬੇਨਤੀ ਕਰਾਂਗੇ ਵੀ ਸਾਰੇ ਸਿੱਖ ਇਸ ਸੰਮੇਲਨ ਦੇ ਵਿੱਚ ਸਹਿਯੋਗ ਦਿਓ ਅਤੇ ਇੱਕ ਝੰਡੇ ਥੱਲੇ ਆਓ, ਸਾਰੇ
ਸਾਰੇ ਆ ਕੇ ਕਿ ਝੰਡੇ ਥੱਲੇ ਸਰਕਾਰ ਨੂੰ ਪਤਾ ਲੱਗ ਜਾਏ ਵੀ ਸਿੱਖ ਹੈਨ ਕਿ ਨਹੀਂ ਹੈਨ। ਇਹਨਾਂ ਸਾਨੂੰ ਕਈ ਥਾਵਾਂ 'ਤੇ ਵੰਡਿਆ ਹੈ, ਅੱਡ ਅੱਡ ਕਰਕੇ ਇਹਨਾਂ ਨੇ ਦੋ ਫਾੜ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਮੈਂ ਕੋਈ ਮੈਂਬਰ ਨਹੀਂ, ਇਹ ਫੇਸਬੁੱਕ 'ਤੇ ਮੇਰੇ ਇਹਨਾਂ ਨੇ ਪਾਤਾ ਅਤੇ ਨਾ ਮੇਰਾ ਕੋਈ ਨਾਂ ਨਹੀਂ, ਨਾ ਮੈਂ ਇਹਨਾਂ ਨੂੰ ਹਾਂ ਭਰੀਏ, ਨਾ ਮੈਂ ਇਹਨਾਂ ਦਾ ਕੋਈ ਮੈਂਬਰ ਹਾਂ। ਮੈਨੂੰ ਝੂਠੀ ਸਰਕਾਰ ਨਹੀਂ ਚਾਹੀਦੀ, ਮੈਨੂੰ ਸੱਚੀ ਸਰਕਾਰ ਚਾਹੀਦੀ ਹੈ। ਮੈਂ ਕਿਸਾਨਾਂ ਦੇ ਨਾਲ ਹਾਂ, ਹਰ ਤਰ੍ਹਾਂ ਤੋਂ ਕਿਸਾਨਾਂ ਦੇ ਯੋਗਦਾਨ ਦੇ ਵਿੱਚ ਹਾਂ, ਮੈਂ ਉਹਨਾਂ ਦੇ ਨਾਲ ਖੜ੍ਹਾ ਹਾਂ। ਅਤੇ ਮੈਂ ਹਰਿਆਣਾ ਕਮੇਟੀ ਦਾ ਕੋਈ ਮੈਂਬਰ ਨਹੀਂ ਹੈਗਾ ਅਤੇ ਨਾ ਮੈਂ ਮੈਂਬਰ ਬਣਾ, ਅਤੇ ਸਿੱਖ ਸੰਮੇਲਨ ਦੇ ਨਾਲ ਮੈਂ ਖੜ੍ਹਾ ਹਾਂ, ਬਿਲਕੁਲ ਇੱਕਜੁੱਟ ਹੋ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।